ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਸ਼ਰਾਬੀ ਪੁੱਤ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਸ਼ਰਾਬੀ ਪੁੱਤ ਨੇ ਪਿਤਾ ਦਾ ਕਤਲ ਇੱਟਾਂ ਮਾਰ ਮਾਰ ਕੇ ਕੀਤਾ ਹੈ। ਬੰਗਾ ਦੇ ਪਿੰਡ ਵਾੜੋਵਾਲ ਦਾ ਇਹ ਮਾਮਲਾ ਹੈ ਜਿੱਥੇ ਨਸ਼ੇ ਦੇ ਆਦੀ ਪੁੱਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ। ਦਰਅਸਲ ਇਹ ਪੁੱਤ ਨਸ਼ੇ ਦਾ ਆਦੀ ਸੀ ਅਤੇ ਪਿਤਾ ਅਕਸਰ ਹੀ ਇਸ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਪਿਤਾ ਦੇ ਰੋਕਣ 'ਤੇ ਇਹ ਨੌਜਵਾਨ ਇੰਨੀ ਤੈਸ਼ ਵਿੱਚ ਆ ਗਿਆ ਕਿ ਇਸਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦਿਲਬਾਗ ਰਾਮ ਨੂੰ ਮਾਰਨ ਵਾਲੇ ਉਸਦੇ ਪੁੱਤ ਮਦਨ ਲਾਲ ਉਰਫ ਬੱਦੂ ਨਸ਼ੇ ਦਾ ਆਦੀ ਸੀ ਜਿਸਨੇ ਆਪਣੇ ਪਿਤਾ ਦਾ ਕਤਲ ਕੀਤਾ। ਨਸ਼ਾ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਰਿਹਾ ਹੈ ਉੱਥੇ ਹੀ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰਦਾ ਹੋਇਆ ਨਜ਼ਰ ਆ ਰਿਹਾ। ਤਾਂ ਦੱਸ ਦਈਏ ਕਿ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਦਰਅਸਲ ਇਹ ਨੌਜਵਾਨ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਿਤਾ ਵੱਲੋਂ ਇਸ ਨੂੰ ਅਕਸਰ ਸਮਝਾਇਆ ਜਾਂਦਾ ਸੀ, ਰੋਕਿਆ ਜਾਂਦਾ ਸੀ ਕਿ ਸ਼ਰਾਬ ਸਿਹਤ ਲਈ ਠੀਕ ਨਹੀਂ ਹੈ, ਨਸ਼ਾ ਘਰ ਖਰਾਬ ਕਰਦਾ ਹੈ, ਤੂੰ ਸ਼ਰਾਬ ਨਾ ਪੀ। ਤਾਂ ਇਹ ਨੌਜਵਾਨ ਇੰਨੀ ਤੈਸ਼ ਵਿੱਚ ਆਇਆ ਕਿ ਇਸਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਹ ਮਾਮਲਾ ਜਿਸਨੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ। ਦੱਸ ਦਈਏ ਕਿ ਇੱਕ ਪੁੱਤ ਵੱਲੋਂ ਆਪਣੇ ਹੀ ਪਿਤਾ ਦਾ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਬਣਦੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਵੱਲੋਂ ਵੀ ਇਹ ਦੱਸਿਆ ਗਿਆ ਕਿ ਨੌਜਵਾਨ ਨਸ਼ਾ ਕਰਦਾ ਸੀ, ਸ਼ਰਾਬ ਪੀਂਦਾ ਸੀ ਅਤੇ ਨਿੱਤ ਦਿਨ ਘਰ ਦੇ ਵਿੱਚ ਕਲੇਸ਼ ਹੁੰਦਾ ਸੀ। ਪਿਤਾ ਇਸ ਕਲੇਸ਼ ਦੇ ਡਰ ਤੋਂ ਹੀ ਇਸ ਨੌਜਵਾਨ ਨੂੰ ਰੋਕਦਾ ਸੀ, ਪਰ ਇਸ ਨੌਜਵਾਨ ਨੇ ਆਪਣੇ ਹੀ ਪਿਤਾ ਦਾ, ਜਿਸ ਪਿਤਾ ਨੇ ਇਸ ਨੂੰ ਚੱਲਣਾ ਸਿਖਾਇਆ, ਮੋਢੇ 'ਤੇ ਬਿਠਾ ਕੇ ਦੁਨੀਆ ਦਿਖਾਈ, ਉਸ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਇਸ ਮੌਕੇ ਕੀ ਕੁਛ ਕਹਿਣਾ ਹੈ ਪਿੰਡ ਵਾਸੀਆਂ ਦਾ ਅਤੇ ਪੁਲਿਸ ਦਾ, ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਉਹ ਆਪਸ ਵਿੱਚ ਲੜਾਈ ਰਹਿੰਦੀ ਸੀ ਘਰ 'ਚ, ਉਹ ਦਾਰੂ ਪੀ ਕੇ ਲੜਾਈ ਕਰਦੇ ਸੀ ਆਪਸ, ਵੱਡਾ ਭਰਾ ਮੇਰਾ ਪੀ ਲੈਂਦਾ ਸੀਗਾ ਅਤੇ ਲੜਾਈ ਕਰਦਾ ਸੀ। ਇੱਦਾਂ ਨੀ ਭਾਜੀ, ਮੈਨੂੰ ਪਤਾ, ਮੈਂ ਤਾਂ ਆਪਣੀ ਸਹੁਰੀ ਸੀਗੀ, ਸਹੁਰਿਆਂ ਤੋਂ ਕੋਈ ਵੀ ਨੀ ਸੀ ਘਰ ਤਾਂ। ਮੈਂ ਜਿਦਾਂ ਰੋਟੀ ਲੈਣ ਗਿਆ ਸੀਗਾ ਤੇ ਜਦੋਂ ਮੈਂ ਮੁੜ ਕੇ ਆਇਆ ਉਹ ਉੱਥੇ ਗਲੀ 'ਚ ਬਾਹਰ ਪਏ ਸੀਗੇ ਤੇ ਉਹਨਾਂ ਦੇ ਇੱਥੇ ਖੂਨ ਚੱਲਦਾ ਪਿਆ ਸੀਗਾ ਤੇ ਮੈਂ ਚੱਕਿਆ ਉਹਨਾਂ ਨੂੰ ਹੋਸਪਿਟਲ ਲੈ ਗਿਆ ਤੇ ਖੂਨ ਜਿੱਦਾਂ ਉਹਦਾ ਸਾਰਾ ਨਿਕਲ ਗਿਆ ਸੀ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ। ਪਤਾ ਨਹੀਂ ਕੀ ਚੀਜ਼ ਮਾਰੀ ਆ, ਇੱਥੇ ਟੱਕ ਲੱਗੇ ਹੋਏ ਸੀਗੇ, ਇੱਥੇ ਦਿਮਾਗ 'ਤੇ ਸੀ, ਪਿੱਛੇ ਟੱਕ ਲੱਗੇ ਹੋਏ ਸੀ ਵੱਡੇ ਭਰਾ ਨੇ ਮਦਨ ਲਾਲ, ਮੈਸੇਜ ਕੰਮ ਕਰਦਾ ਸੀਗਾ ਜੀ, ਨਸ਼ਾ ਦਾਰੂ ਪੀਂਦਾ ਸੀਗਾ ਜੀ, ਕੁਛ ਨਹੀਂ। ਕਤਲ ਜਿਹੜਾ ਹੋਇਆ ਉਹ ਕਿਹਨੇ ਕੀਤਾ ਅਤੇ ਕਿਹਦਾ ਕੀਤਾ? ਜਿਹੜਾ ਕਤਲ ਕੀਤਾ ਉਹ ਪੀ ਦਾ ਕਤਲ ਕੀਤਾ, ਪੁੱਤ ਨੇ ਕੀਤਾ, ਬੁੱਧੂ ਉਹਦਾ ਨਾਂ ਆ, ਜਿਹੜਾ ਮਰਨ ਵਾਲਾ ਉਹਦਾ ਨਾਂ ਦਿਲਵਾ ਗਿਆ। ਕਿੰਨੀ ਕੁ ਉਮਰ ਆ ਜਿਹੜੀ ਪੁੱਤ ਨੇ ਮਾਰਿਆ? ਜਿਹੜਾ ਜਿਸ ਪੁੱਤ ਮਾਰਿਆ ਉਹ 35 ਸਾਲ ਦੇ ਲਗਭਗ, ਜਿਹੜਾ ਬਾਪ ਆ ਉਹ 65 ਸਾਲ ਦਾ। ਅਤੇ ਮਾਰਿਆ ਕਿਉਂ ਆ? ਸਿਰਫ ਨਸ਼ੇ ਕਾਰਨ ਹੀ। ਨਸ਼ਾ ਕਿਹੜਾ ਕਰਦਾ ਸੀ ਕੁਛ ਹੈਗਾ ਪਤਾ? ਸ਼ਰਾਬ ਦਾ ਹੀ ਕਰਦਾ ਸੀ, ਸ਼ਰਾਬ ਦਾ ਨਸ਼ਾ ਕਰਦਾ ਸੀਗਾ। ਅਤੇ ਤੁਹਾਡੇ ਕੋਲ ਕਦੀ ਉਹ ਸ਼ਿਕਾਇਤ ਲੈ ਕੇ ਵੀ ਆਏ? ਮੇਰੇ ਕੋਲ 1 ਮਹੀਨਾ ਪਹਿਲਾਂ ਵੀ ਆਏ ਸੀ ਸ਼ਿਕਾਇਤ ਲੈ ਕੇ, ਅਤੇ ਮੈਂ ਬੁੱਧੂ ਨੂੰ ਦੱਬ ਕੇ ਆ ਵੀ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਮੇਰੇ ਕੋਲ ਕਹਿਣ ਦਾ ਹੀ ਕਰਤਾ ਜੀ ਮੈਂ ਨਹੀਂ ਮੁੜ ਕੇ ਸ਼ਰਾਬ ਨਹੀਂ ਪੀਂਦਾ। ਫਿਰ ਹੁਣ ਪਿੰਡ ਦੇ ਹਾਲਾਤ ਕਿਹੋ ਜਿਹੇ ਨੇ? ਪਿੰਡ ਦੇ ਹਾਲਾਤ ਇਹੋ ਜਿਹੇ ਆ ਵੀ ਪਿੰਡ ਦੇ ਵਿੱਚ ਹੈਗੇ ਨਸ਼ਿਆਂ ਵਾਲੇ 2-4। ਅਤੇ ਤੁਸੀਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਕਦੀ ਐਫਰਟ ਕੀਤੀ ਆ ਕਿ ਨਸ਼ੇ ਵਾਲੇ ਖਤਮ ਹੋਣ? ਅਸੀਂ ਤਾਂ ਰੋਜ਼, ਮੈਂ ਤਾਂ ਪ੍ਰਚਾਰ ਕਰਦਾ ਨਸ਼ਿਆਂ ਦੇ ਖਿਲਾਫ਼, ਮੈਂ ਤਾਂ ਅੰਮ੍ਰਿਤ ਦਾ ਪ੍ਰਚਾਰ ਕਰਦਾ, ਮੈਂ ਧਾਰਮਿਕ, ਮੈਂ ਤਾਂ ਕਹਿੰਦਾ ਨਸ਼ੇ ਛੱਡੋ, ਗੁਰੂ ਵਾਲੇ ਬਣੋ, ਜੇ ਗੁਰੂ ਵਾਲੇ ਨਹੀਂ ਬਣਨਾ ਨਸ਼ੇ ਛੱਡ ਦਿਓ।
ਅਸੀਂ ਸਾਡੇ ਆਪਣੇ ਖੇਤਾਂ 'ਚ ਭਲਵਾਨੀ ਦਾ ਅਖਾੜਾ ਬਣਾਇਆ। ਸਾਡੇ ਕੋਲ ਹਿੰਦੁਸਤਾਨ ਦੇ ਪਹਿਲੇ ਦਾਦੇ ਦੇ ਮਾਲ ਆ, 50 ਮੁੰਡੇ ਹੁੰਦੇ ਆ, ਮੇਰਾ ਕਾਕਾ ਵੱਡਾ ਭਲਵਾਨ ਆ। ਘਟਨਾ ਬੜੀ ਮਾੜੀ ਹੈ ਜੀ, ਨਿੰਦਣਯੋਗ ਹੈ, ਅਤੇ ਇੱਦਾਂ ਦੇ ਹਾਲਾਤ ਬੜੇ ਦੇਖਣ ਵਿੱਚ ਬੜਾ ਦੁੱਖ ਜਿਹਾ ਲੱਗਦਾ ਹੈ। ਉਹਨਾਂ ਇੱਕ ਪੁੱਤ ਵੱਲੋਂ ਪੀ ਦਾ ਕਤਲ ਕਰ ਦੇਣਾ ਕਿੰਨਾ ਕੁ ਜਾਇਜ਼ ਵਾ? ਇਹਨੂੰ ਕੌਣ ਜਾਇਜ਼ ਕਹਿ ਸਕਦਾ ਜੀ? ਤੁਹਾਡੇ ਕੋਲ ਬਜ਼ੁਰਗ ਆਉਂਦੇ ਸਨ? ਹਾਂਜੀ, ਬਜ਼ੁਰਗ ਵੀ ਆਉਂਦਾ ਸੀ, ਮੁੰਡਾ ਵੀ ਆਉਂਦਾ ਸੀ ਆਪਣੇ ਕੋਲ, ਅਤੇ ਆਟਾ ਪਾਣੀ ਵਗੈਰਾ ਲੈ ਕੇ ਜਾਣਾ ਉਹਨਾਂ ਨੇ। ਅਤੇ ਹਾਲਾਤ ਉਹਨਾਂ ਦੇ ਇੱਦਾਂ ਦੇ ਸੀਗੇ, ਉਸ ਤਾਂ ਕਈ ਵਾਰ ਬਜ਼ੁਰਗ ਤੇ ਬੜਾ ਤਰਸ ਕਰਕੇ ਉਹਨਾਂ ਦੇ ਪੈਸੇ ਵੀ ਨਹੀਂ ਲੈਂਦੇ ਸੀ, ਲੈ ਜਾ ਭਾਈ ਤੂੰ ਆਟਾ ਰੋਟੀ ਖਾ। ਅਤੇ ਪੁੱਤ ਜਿਹੜੇ ਸੀਗੇ, ਉਹ ਤਿੰਨ ਪੁੱਤ ਦੱਸਦੇ ਆ, ਉਹ ਤਿੰਨੇ ਨਹੀਂ ਕੰਮ ਕਰਕੇ ਰੋਟੀ ਖਿਲਾ ਸਕਦੇ ਸੀ ਬਾਪ ਨੂੰ? ਦੇਖੋ ਸਰ ਜੀ, ਮੈਂ ਤਿੰਨਾਂ ਦਾ ਤਾਂ ਵਾਕਫ ਨਹੀਂ ਸੀ, ਇੱਕ ਨੂੰ ਜ਼ਰੂਰ ਅਸੀਂ ਜਿੰਨਾ ਬੁੱਧੂ ਜੀ ਨੂੰ ਕਹਿੰਦੇ ਹਾਂ ਉਹਨੂੰ ਅਸੀਂ ਜ਼ਰੂਰ ਕਹਿੰਦੇ ਸੀ ਵੀ ਪਿਓ ਦਾ ਥੋੜ੍ਹਾ ਖਿਆਲ ਰੱਖਿਆ ਕਰੋ, ਜਿਹਨੇ ਇਸ ਅਵਸਥਾ ਦੇ ਵਿੱਚ ਹੋ, ਜਿਹਨੇ ਕਤਲ ਕੀਤਾ। ਹਾਂਜੀ ਹਾਂਜੀ, ਉਹਦਾ ਨਾਮ ਬੁੱਧੂ ਸੀ। ਹਾਂਜੀ 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 ਹਾਂ, ਦੱਸੋ ਕਿੱਦਾਂ ਜੀ? ਅਤੇ ਦੋਸ਼ੀ ਜਿਹੜਾ ਆ ਇਹ ਮਦਨ ਲਾਲ ਉਰਫ ਬੁੱਧੂ, ਸਨ ਆਫ ਦਰਬਾਰਾ ਉਰਫ ਆਪਣੇ ਦਰਬਾਰ ਵਾਸੀ ਪਿੰਡ ਬਾਹਰੋਵਾਲ, ਥਾਣਾ ਸਦਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਵਾਨੇ ਪ੍ਰਦੀਪ ਗ੍ਰਿਫਤਾਰ ਕੀਤਾ। ਇਹਦਾ ਇਹ ਤਿੰਨ ਭਰਾ ਆ, ਇੱਕ ਭੈਣ, ਭੈਣਾਂ ਦੀ ਵਿਆਹੀ ਹੋਈ ਹੈ, ਤਿੰਨ ਭਰਾ ਜਿਹੜੇ ਉਹ ਅਣਵਿਆਹੇ ਹਾਲੇ ਨਹੀਂ ਵਿਆਹੇ, ਉਮਰ ਵੀ ਕਾਫੀ ਹੋ ਗਈ ਇਹਨਾਂ ਦੀ, ਅਤੇ ਮਾਤਾ ਇਹਨਾਂ ਦੀ ਗਰੀਬ ਦੁਖੀ ਆ, ਅਤੇ ਇਹ ਆਪਣੇ ਇਹਨਾਂ ਦਾ ਹਾਲੇ ਵਿਆਹ ਨਹੀਂ ਹੋਇਆ, ਮਜ਼ਦੂਰੀ ਕਰਦੇ ਆ। ਪਿਤਾ ਇਹਨਾਂ ਦਾ ਉਮਰ ਕਰੀਬ 64 ਸਾਲ ਆ, ਉਹ ਵੀ ਆਪਣੀ ਨਰੇਗਾ ਦੇ ਵਿੱਚ ਜਿਹੜੇ ਆਪਾਂ ਕਰਦਾ, ਅਤੇ ਉਹ ਹੁਣ ਘਰ ਦਾ ਖਰਚਾ ਜਿਹੜਾ ਉਹ ਆਪ ਚਲਾਉਣਾ ਸੀਗਾ, ਹੁਣ ਗਰੀਬੀ ਹੋਣ ਕਾਰਨ ਘਰ ਵਿੱਚ ਖਰਚਾ, ਉਹਨੇ ਮੁੰਡੇ ਨੂੰ ਕਿਹਾ ਵੀ ਮੈਨੂੰ ਖਰਚਾ ਦਿਆ ਕਰ, ਜਿਹੜਾ ਆ ਬੇਟਾ ਇਹ ਸ਼ਰਾਬ ਪੀਣ ਦਾ ਆਦੀ ਆ, ਇਹ ਜਿੰਨੇ ਪੈਸੇ ਕਮਾਉਂਦਾ ਸਾਰੇ ਇਹ ਸ਼ਰਾਬ ਪੀਣ ਪੀ ਲੈਂਦਾ, ਅਤੇ ਉਹਨੇ ਫਿਰ ਕਿਹਾ ਵੀ ਮੈਨੂੰ ਪੈਸੇ ਦਿਆ ਕਰ। ਪਹਿਲਾਂ ਵੀ ਇਹਨਾਂ ਦਾ ਅਕਸਰ ਦਾਦੇ ਬਾਈ ਦਾ ਭਰਾ ਸਾਡਾ ਇਹ ਝਗੜਾ ਚੱਲਦਾ ਰਹਿੰਦਾ ਸੀਗਾ, ਅਤੇ ਮਿਤੀ 22/11/2023 ਨੂੰ ਰਾਤ ਨੂੰ ਵੀ ਇਹਨਾਂ ਦਾ ਝਗੜਾ ਹੋਇਆ, ਉਹਨੇ ਕੁਝ ਸ਼ਰਾਬ ਪੀਤੀ ਹੋਈ ਸੀ, ਆਪਣੇ ਬਾਪ ਨਾਲ ਝਗੜਾ ਹੋਇਆ ਪੈਸਿਆਂ ਕਰਕੇ ਵੀ ਪੈਸੇ ਜਾ ਕਰ ਘਰ ਦੇ ਖਰਚੇ ਬਾਰੇ, ਅਤੇ ਉਹ ਮੂਹਰਿਓਂ ਨਹੀਂ ਉੱਥੋਂ ਫਿਰ ਉਹਨਾਂ ਨੇ ਇਲਾਜ ਲਈ ਦਾਖਲ ਕਰਾਇਆ ਸੀਗਾ ਸਿਵਲ ਹਸਪਤਾਲ ਬੰਗੇ, ਅਤੇ ਉੱਥੇ ਦੱਸਣ ਮੁਤਾਬਕ ਬਿਆਨਾਂ ਮੁਤਾਬਕ ਉਹਨਾਂ ਨੇ ਕਿਹਾ ਵੀ ਉੱਥੇ ਕੁਛ ਸਮੇਂ ਬਾਅਦ ਉਹਦੀ ਮੌਤ ਹੋ ਗਈ ਹੈ।